ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਕਹਿਣਾ ਹੈ ਕਿ ਉਹ 2024 ਵਿੱਚ ਦੁਬਾਰਾ ਰਾਸ਼ਟਰਪਤੀ ਚੋਣ ਲੜਨਾ ਚਾਹੁੰਦੇ ਨੇ ਪਰ ਇਸ ਸੰਬੰਧ ਵਿੱਚ ਅੰਤਮ ਫੈਸਲਾ ਪਰਿਵਾਰਤਾ ਹੋਵੇਗਾ। ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਮੁਰਤੋਂ ਚੋਣ ਲੜਨ ਦੇ ਸੰਬੰਧ ਵਿੱਚ ਫੈਸਲਾ 크ਿਸਮਰਸ ਨਵੇਂ ਸਾਲ ਦੇ ਨੇੜੇ ਲਿਆ ਜਾ ਸਕਦਾ ਹੈ। ਵਾਈਟ ਹਾਊਸ ਵਿੱਚ ਪ੍ਰੈਸ ਕਾਨਫਰੰਸ 'ਚ ਬਾਈਡਨ ਨੇ ਕਿਹਾ ਅਸੀਂ ਮੁਰਤੋਂ ਚੋਣ ਲੜਨ ਦਾ ਇਰਾਦਾ ਰੱਖਦੇ ਹਾਂ। ਇਸ ਚੋਣ ਦਾ ਨਤੀਜਾ ਭਾਵੇਂ ਜੋ ਵੀ ਹੋਵੇ ਸਾਡਾ ਇਰਾਦਾ ਪਹਿਲਾਂ ਹੀ ਦੁਬਾਰਾ ਚੋਣ ਲੜਨ ਦਾ ਸੀ ਉਹਨਾਂ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੀ ਕਾਰਗੁਜ਼ਾਰੀ ਹਰ ਕਿਸੇ ਦੀਆਂ ਉਮੀਦਾਂ ਤੋਂ ਵੱਧ ਰਹੀ ਹੈ ਅਤੇ ਇੱਥੋਂ ਤੱਕ ਕਿ ਜੌਨ ਐਫ ਕੈਨੇਡੀ ਜਾਨੀ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਦੇ ਸ਼ਾਸਨ ਤੋਂ ਬਾਅਦ ਦੇ ਨਤੀਜੇ ਸਭ ਤੋਂ ਵਧੀਆ ਰਹੇ ਨੇ ਇਸ ਨਾਲ ਸਾਰਿਆਂ ਨੇ ਰਾਹਤ ਦਾ ਸਾਹ ਲਿਆ ਕਿ ਰਿਪਬਲਿਕਨ ਫਿਰ ਤੋਂ ਸੱਤਾ 'ਚ ਵਾਪਸ ਨਹੀਂ ਆ ਰਹੇ ਬਾਈਡਨ ਇੱਕ ਸਵਾਲ ਦੇ ਜਵਾਬ ਵਿੱਚ ਕਹਾਂ ਕਿ ਦੁਬਾਰਾ ਚੋਣ ਲੜਨ ਦੇ ਸੰਬੰਧ ਵਿੱਚ ਮੈਂ ਐਲਾਨ ਕਰਦਾ ਹਾਂ ਮੈਂ ਦੁਬਾਰਾ ਚੋਣ ਲੜਨ ਬਾਰੇ ਸੋਚ ਰਿਹਾ ਹਾਂ ਪਰ ਮੈਂ ਕਿਸਮਤ ਤੇ ਭਰੋਸਾ ਕਰਦਾ ਹਾਂ ਅਤੇ ਅੰਤਿਮ ਫੈਸਲਾ ਮੇਰੇ ਪਰਿਵਾਰਤਾ ਹੀ ਹੋਏਗਾ ਰਾਸ਼ਟਰਪਤੀ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਨੇ ਕਿ ਹਰ ਕੋਈ ਚਾਹੁੰਦਾ ਹੈ ਕਿ ਉਹ ਦੁਬਾਰਾ ਚੋਣ ਲੜਨ ਸਾਪ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 15 ਨਵੰਬਰ ਨੂੰ ਕੀਤੇ ਜਾਣ ਵਾਲੇ ਸੰਭਾਵੀ ਤੌਰ ਤੇ ਮਹੱਤਮਪੂਰਨ ਐਲਾਨ ਦੇ ਸੰਦਰਭ ਦੇ ਵਿੱਚ ਵਾਈਡਨ ਨੇ ਕਿਹਾ ਹਾਲਾਂਕਿ ਅਸੀਂ ਇਸ ਤੇ ਚਰਚਾ ਕਰਨ ਜਾ ਰਹੇ ਹਾਂ ਪਰ ਕੋਈ ਕਾਲੀ ਨਹੀਂ ਹੈ ਮੈਂ ਇਹ ਫੈਸਲਾ ਅੱਜ ਜਾਂ ਕੱਲ ਲੈਣਾ ਹੀ ਹੈ ਇਸ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਮੇਰੇ ਪੁਰਵਜ ਕੀ ਕਰਦੇ ਨੇ ਇਹ ਪੁੱਛਣ ਤੇ ਕਿ ਫੈਸਲਾ ਕਦੋਂ ਲਿਆ ਜਾਏਗਾ ਤੇ ਅਮਰੀਕੀ ਰਾਸ਼ਟਰਪਤੀ ਵਾਈਡਨ ਕਹਿੰਦੇ ਨੇ ਮੈਨੂੰ ਲੱਗਦਾ ਹੈ ਕਿ ਅਸੀਂ ਅਗਲੀ ਸ਼ੁਰੂਆਤ ਤੱਕ ਫੈਸਲਾ ਲੈ ਲਾਂਗੇ